ਹਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕੈਨੇਡਾ ਦੇ ਕੁਝ ਰਿਕਾਰਡਸ ਦੇ ਬਾਰੇ ਤੇ ਹੁਣ ਇੱਕ ਹੋਰ ਜਿਹੜਾ ਕੈਨੇਡਾ ਨੇ ਰਿਕਾਰਡ ਬਣਾਇਆ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਸਭ ਤੋਂ ਜਿਹੜਾ ਬਕਵਾਸ ਰਿਕਾਰਡ ਆਪਾਂ ਕਹਿ ਸਕਦੇ ਹਾਂ ਜਾਂ ਜਿਹੜਾ ਕਹਿ ਸਕਦੇ ਹਾਂ ਕੈਨੇਡਾ ਲਈ ਸ਼ਰਮਨਾਕ ਰਿਕਾਰਡ ਸੀਗਾ ਉਹ ਬੈਕਲੌਗ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਬਣਿਆ ਜੋ ਕਿ 18 ਲੱਖ ਤੋਂ ਪਲੱਸ ਜਿਹੜਾ ਇਸ ਟੈਂਡ ਤੇ ਕੈਨੇਡੀਅਨ ਬੈਕਲੌਗ ਹੈ ਜਿਹੜਾ ਬਣ ਚੁੱਕਿਆ ਹੈਗਾ ਇਸ ਦੇ ਨਾਲ ਕੁਝ ਚੰਗੇ ਰਿਕਾਰਡਸ ਦੀ ਗੱਲ ਕਰਦੇ ਹਾਂ ਜਿਵੇਂ ਕਿ ਪੀਆਰ ਦਿੱਤੀ ਹੈਗੀ ਕਾਫ ਨੇ ਸਭ ਤੋਂ ਵੱਧ ਜਿਹੜੇ ਇਮੀਗ੍ਰੇਟ ਰਏ ਕੈਨੇਡਾ ਨੂੰ ਜਾਂਦੇ ਨੇ ਤਾਂ ਇਹ ਇੱਕ ਪੋਜ਼ਿਟਿਵ ਜਿਹੜੀ ਆਪਣੇ ਲਈ ਨਿਊਜ਼ ਹੈਗੀ ਆ ਤੇ ਉਸੇ ਦੇ ਨਾਲ ਇੱਕ ਹੋਰ ਜਿਹੜਾ ਕੈਨੇਡਾ ਨੇ ਰਿਕਾਰਡ ਬਣਾਇਆ ਜੋ ਕਿ ਸਾਡੇ ਲਈ ਬਹੁਤ ਪੋਜ਼ਿਟਿਵ ਆ ਖਾਸ ਕਰਕੇ ਉਹਨਾਂ ਐਪਲੀਕੈਂਟਸ ਵਾਸਤੇ ਜੋ ਸਟੱਡੀ ਪਰਮਿਟ ਤੇ ਕੈਨੇਡਾ ਨੂੰ ਜਾ ਰਹੇ ਉਹਨਾਂ ਵਾਸਤੇ ਬਹੁਤ ਪੋਜ਼ਿਟਿਵ ਆ ਤਾਂ ਕੈਨੇਡਾ ਨੇ ਜਿਹੜੇ ਹੈਗੇ ਆ 2021 ਦੇ ਵਿੱਚ 450000 ਜਿਹੜੇ ਨਿਊ ਜਿਹੜੇ ਸਟਡੀ ਪਰਮਿਟ ਤੇ ਜਿਹੜੇ ਕੈਨੇਡਾ ਨੂੰ ਜੋ ਸਟੂਡੈਂਟ ਗਏ ਨੇਗੇ ਉਹਨਾਂ ਨੂੰ ਜਿਹੜਾ ਵੈਲਕਮ ਕੀਤਾਗਾ ਕਿਤੇ ਨਾ ਕਿਤੇ ਇਹ ਵੀ ਇੱਕ ਬਹੁਤ ਵੱਡਾ ਜਿਹੜਾ 올 ਟਾਈਮ ਰਿਕਾਰਡ ਬਣ ਚੁੱਕਿਆ ਇਸ ਤੋਂ ਪਹਿਲਾਂ ਕੈਨੇਡਾ ਨੇ ਕਦੇ ਵੀ ਇੰਨੇ ਜ਼ਿਆਦਾ ਜਿਹੜੇ ਐਪਲੀਕੈਂਟ ਨੇ ਜੋ ਸਟਡੀ ਪਰਮਿਟ ਤੇ ਨੇ ਜੋ ਕੈਨੇਡਾ ਦੇ ਵਿੱਚ ਨਹੀਂ ਬੁਲਾਏ ਜੋ ਕਿ 2020 ਦੇ ਵਿੱਚ 255000 ਸੀਗੇ ਤਾਂ ਐਵਰੇਜ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ 4 ਲੱਖ ਤੱਕ ਜਿਹੜੇ ਲੋਕ ਨੇੜੇ ਉਹ ਕੈਨੇਡਾ ਦੇ ਵਿੱਚ ਗਏ ਨੇਗੇ ਤਾਂ ਇਹ ਕਿਤੇ ਨਾ ਕਿਤੇ ਬਹੁਤ ਪੋਜ਼ਿਟਿਵ ਜਿਹੜਾ ਸਾਈਨ ਹੈਗਾ ਤੇ ਇਸ ਦੇ ਵਿੱਚ ਸਾਡੇ ਸਾਮਾ ਜੋ ਇੰਡੀਆ ਤੋਂ ਗਏ 217000 ਲੋਕ ਨੇ ਜਿਹੜੇ ਮਤਲਬ ਕਿ 217000 ਜਿਹੜੇ ਸਟੂਡੈਂਟ ਨੇ ਉਹ ਇਕੱਲੇ ਇੰਡੀਆ ਤੋਂ ਗਏ ਨੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਅੱਧ ਤੋਂ ਵੱਧ ਮਤਲਬ ਕਿ ਅੱਧੇ ਸਟੂਡੈਂਟ ਨੇ ਜਿਹੜੇ ਉਹ ਇੰਡੀਆ ਤੋਂ ਹੀ ਗਏ ਨੇ ਹੈ ਨਾ ਜੇਕਰ ਆਪਾਂ ਦੂਜੀ ਕੰਟਰੀਆਂ ਦੀ ਗੱਲ ਕਰਦੇ ਆ ਤਾਂ ਇਹ ਇੱਕ ਹੈਗਾ ਕਿ ਜ਼ਿਆਦਾਤਰ ਜਿਹੜੀ ਪ੍ਰੈਫਰੈਂਸ ਆ ਉਹ ਇੰਡੀਆ ਨੂੰ ਵੀ ਹੈਗੇ ਹਨ ਇੰਡੀਆ ਦੇ ਲੋਕ ਜ਼ਿਆਦਾ ਜਿਹੜੇ ਐਪਲੀਕੇਸ਼ਨ ਸਪਲਾਈ ਕਰਦੇ ਨੇਗੇ ਤਾਂ ਉਹਨਾਂ ਵਾਸਤੇ ਜਿਹੜੀ ਹੈਗਾ ਉਹਨਾਂ ਦੀ ਐਪਲੀਕੇਸ਼ਨਸ ਵੀ ਜ਼ਿਆਦਾ ਜਿਹੜੀਆਂ ਉੱਥੇ ਪਿਕਅਪ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਕ ਵੱਡਾ ਨੰਬਰ ਜਿਹੜਾ ਨਿਕਲ ਗਿਆ ਹੈ ਤਾਂ ਇਹ ਇੱਕ 올 ਟਾਈਮ ਰਿਕਾਰਡ ਬਣ ਚੁੱਕਿਆ ਹੈ ਕੈਨੇਡਾ ਦੇ ਵਿੱਚ 4.5 ਲੱਖ ਜਿਹੜੇ ਸਟੂਡੈਂਟ ਨੇ ਉਹ ਵਰਲਡ 'ਚ ਜਿਹੜੇ ਹੈਗੇ ਨੇ ਵੈਲਕਮ ਕੀਤੇ ਨੇਗੇ ਇੱਕ ਗੁੱਡ ਨਿਊਜ਼ ਜਿਹੜੀ ਸ਼ੇਅਰ ਕਰਨੀ ਸੀ ਇੱਕ ਹੋਰ ਕੈਨੇਡਾ ਨੇ ਜਿਹੜਾ ਰਿਕਾਰਡ ਬਣਾਇਆਗਾ ਤਾਂ ਅੱਜ ਸਿਰਫ ਇਨਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਚੈਨਲ ਵਧੀਆ ਲੱਗਦੀ ਹੈ ਇਨਫੋਰਮੇਸ਼ਨ ਵਧੀਆ ਲੱਗਦਾ ਤਾਂ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਓਕੇ ਜੀ ਥੈਂਕ ਯੂ